ਜੀ ਕੀ ਹਾਲ ਚਾਲ ਹੈ ਦੋਸਤੋ, ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ। ਕਰਨ ਲੱਗੇ ਹਾਂ ਸਟਾਰਟਿੰਗ। ਅੱਜ ਵਲੌਗ ਹੈ ਕੱਦੂ ਵਾਲਾ, ਕੱਦੂ ਜਵਾੜਨੀਆਂ ਗੱਡੀਆਂ ਆ ਗਈਆਂ ਆਪਣੀਆਂ, ਰੇਂਜ ਆ ਗਈ, ਟਰੈਕਟਰ ਆ ਗਿਆ, ਪਿੱਛੇ ਆ ਰਹੀਆਂ ਬਾਕੀ ਗੱਡੀਆਂ। ਹਾਂਜੀ, ਕੀ ਹਾਲ ਚਾਲ ਹੈ ਦੋਸਤੋ? ਹੋਰ ਜੀ, ਆ ਜਾਓ ਪਹਿਲਾਂ ਉੱਥੇ ਪੀ ਜੀ 'ਤੇ ਚੱਲਦੇ ਸਾਰੇ ਜਾਣੇ, ਮੋੜ ਲਓ ਉੱਥੇ, ਕਰਦੇ ਇਕੱਠੀਆਂ। ਹਾਂ ਆ ਜਾਓ, ਇਹ ਟਰੈਕਟਰ ਆਉਣਾ, ਅੱਜ ਵਾੜਨੀਆਂ ਕੱਦੂ 'ਚ ਗੱਡੀਆਂ, ਬਾਕੀ ਤੁਸੀਂ ਦੇਖ ਹੀ ਲੈਣਾ। ਗੱਡੀਆਂ ਆਪਣੇ ਕੋਲ ਹੋ ਜਾਣੀਆਂ ਆ 8-9 ਹੋ ਜਾਣੀਆਂ ਸਾਰੀਆਂ, ਅੱਜ ਕੋਈ ਨਵੀਂ ਪੁਰਾਣੀ ਨਹੀਂ, ਸਿਰਾ ਕਰਾ ਦੇਣਾ ਅੱਜ ਕੱਦੂ ਵਾਲੇ ਵਲੌਗ 'ਚ, ਬਾਕੀ ਤੁਸੀਂ ਬਣੇ ਰਹੋ ਐਂਡ ਤੱਕ। ਹਾਂਜੀ, ਆ ਗਈਆਂ 2-3 ਤਾਂ ਗੱਡੀਆਂ, ਫੋਰਚੂਨਰ ਵੀ ਆ ਗਈ, ਰੇਂਜ ਆ ਗਈ, ਤੇ ਟਰੈਕਟਰ ਆ ਗਿਆ, ਬਾਕੀ ਅਜੇ ਰਸਤੇ ਜਾ ਰਹੀਆਂ। ਆ ਗਏ ਚੇਂਜਰ ਭਾ ਜੀ, ਫੋਰਚੂਨਰ ਬਾਈ ਦੀ ਉਹ ਹੈ ਬਾਈ, ਇਹ ਖੜੇ ਨੇ, ਆ ਇਹ ਖੜੇ ਨੇ ਮਾਲਕ ਸਾਹਿਬ ਸਾਰੇ, ਬਾਕੀ ਆ ਰਹੇ ਨੇ ਸਾਰੇ, ਬਾਕੀ ਮੁੰਡੇ ਵੀ ਉਹਨਾਂ ਦੇ ਆਏ ਤੇ ਇਕੱਠੇ ਹੀ ਚੱਲਾਂਗੇ ਖੇਤ 'ਚ ਨੂੰ, ਬਾਕੀ ਕਰਦੇ ਹਾਂ ਕੰਟੀਨਿਊ। ਆ ਗਈਆਂ ਬਾਈ ਗੱਡੀਆਂ, ਜ਼ਿਆਦਾਤਰ ਰਹਿ ਗਈਆਂ 1-2, ਸਕੋਰਪੀਓ ਆ ਗਈ, ਇੱਕੋ ਖੜੀ ਸਕੋਰਪੀਓ, ਉਹ ਥਾਰ ਆ ਗਈ ਗੱਡੀ, ਉਹ ਖੜੀ ਆ ਇੱਕ, ਬਾਕੀ ਕਾਹ ਆ, ਚੱਲਦੇ ਹਾਂ ਫਿਰ ਇਕੱਠੇ ਹੋ ਕੇ। 2 ਗੱਡੀਆਂ ਰਹਿ ਗਈਆਂ ਹੋਰ, ਮੁੰਡੇ ਵੀ ਆਪਣੇ ਹੋਰ ਤੇ। ਹਾਂਜੀ, ਹੋਰ ਬਾਈ ਕਿਆ ਹਾਲ ਆ? ਵਧੀਆ। ਹੋਰ ਜੀ ਕਿਆ ਹਾਲ ਆ? ਆਦੇ ਮੁੰਡੇ ਸਾਰੇ ਜੋ ਜਿਮ ਵਾਲੇ ਆ, ਜਿਮ ਫ੍ਰੀਕ, ਇਹ ਵੀ ਵਲੌਗਰ ਬਾਈ ਮੁੰਡੇ। ਇਹ ਗੱਡੀ ਆ ਗਈ ਆਪਣੀ, ਰਹਿ ਗਈਆਂ 2 ਗੱਡੀਆਂ ਹੁਣ, 2 ਦੇਖਦੇ ਹਾਂ ਹੁਣ ਕਦ ਤੱਕ ਆਉਂਦੇ ਹੋ ਵੀ, ਬਾਕੀ ਇਕੱਠੇ ਹੋ ਕੇ ਚੱਲਦੇ ਹਾਂ ਖੇਤ 'ਚ ਨੂੰ, ਕਰਦੇ ਹਾਂ ਸਿਰਾ ਕੰਮ, ਸਟਾਰਟਿੰਗ ਹੈ ਕੰਮ ਦੀ, ਬਸ ਚੱਲੇ ਹਾਂ ਖੇਤ ਕੰਨੀ ਨੂੰ। ਆ ਤਾਂ ਗਈਆਂ ਸਾਰੀਆਂ ਗੱਡੀਆਂ, ਅੱਗੇ ਦੇਖ ਲਓ ਬਾਈ ਮਿੱਤਰੋ, ਪਹੁੰਚ ਗਏ ਖੇਤ 'ਚ, ਵਾੜਦੇ ਕਿ ਕਰਕੇ ਪਹੁੰਚ ਗਏ ਬਾਈ ਖੇਤ 'ਚ, ਕਰਦੇ ਹਾਂ ਵਾੜਦੇ ਕਿ ਕਰਕੇ ਬਾਈ ਮਿੱਤਰੋ, ਵਾੜਦੇ ਪਹਿਲੀ ਗੱਡੀ ਕਿਹੜੀ ਵੱਡੇ ਕਿਤੇ ਵੜਦੀ ਆ, ਵਾਰੀ ਵਾਰੀ ਕਰਕੇ ਵਾੜਦੇ ਹਾਂ, ਚੱਕਦੀ ਆ ਕੰਮ। ਲਓ ਬਾਈ ਟਰੈਕਟਰ ਵੀ ਆ ਗਿਆ, ਟਰੈਕਟਰ ਇੱਕ ਹੋਰ ਆ ਰਿਹਾ, ਆਹ ਗੱਡੀ ਵੜੂਗੀ ਪਹਿਲਾਂ, ਬਾਕੀ ਸਾਰੀਆਂ ਵਾੜਦੀਆਂ।
ਮੈਨੂੰ ਫੋਨ ਕਰੀ ਫਾਲੇ ਪਾ ਲਿਆ ਗਾ ਫਾਲੇ ਉਹ ਆ ਗਿਆ ਫਾਲੇ ਪਾ ਕੇ ਆ ਗਿਆ ਪਿੱਛੇ ਲਿਆ ਬਾਲ ਪੂਰੀ ਖੜੀ ਰਹਿਣ ਦਾ ਕਿ 2 ਮਿੰਟ ਕੱਢ ਜਾ ਕੋਈ ਨਾ 1 ਮਿੰਟ ਕੱਢ ਦਾ 1 ਮਿੰਟ ਰੁਕ ਜਾ ਮਾਰਦੇ ਛੇਤੀ ਮਾਰਦੇ ਬਸ ਪੜਦੇ ਕੋਈ ਨਾ ਦੂਜੇ ਖੇਤ 'ਚ ਵੜਦੇ ਹਾਂ ਜਦੋਂ ਨਹੀਂ ਉਹ ਲਾਗ ਵਾਲੇ ਖੇਤ 'ਚ ਵੜਦੇ ਹਾਂ ਕਿਉਂ ਲੈ ਜਾ ਦੂਜੇ ਖੇਤ 'ਚ ਲੈ ਜਾ ਬਹੁਤ ਠੀਕ ਹੈ ਤੁਹਾਡੇ ਬਾਂਦਰ ਚੜ ਗਿਆ ਉੱਪਰ
ਜੀ ਚਾਚੇ ਕਿਆ ਵਿਚਾਰ ਹੈ ਓ ਚਾਚੇ ਕਿਆ ਵਿਚਾਰ ਹੈ ਫਿਰ ਚਾਚੇ ਨਾ ਪਾਣੀ ਲੱਗੀ ਆਉਣ ਇਹਨੇ ਠਾਲਣੀ ਨੇਰੀ ਆ ਗਈ ਚੱਕ ਬਣ ਰਿਹਾ ਵਲੌਗ ਆ ਪਹਿਲਾਂ ਝੋਟੇ ਦਾ ਗੇਰ ਲੱਗਿਆ ਨਹੀਂ ਤਾਂ ਹੁਣ ਲੱਗਿਆ ਹੁਣ ਘੁੰਮਿਆ ਝੋਟਾ ਦੇਖੋ ਬਈ ਸਾਰੀਆਂ ਖੜੀਆਂ ਰੇਂਜ ਖੜੀ ਆ ਫੁੱਟ ਫੁੱਟ ਧਰਤੀ ਮਾਰੀ ਪੱਟ ਪੱਟ ਕੇ ਝੋਟੇ ਦਾ ਗੇਰ ਇੱਕ ਵਾਰ ਦੁਬਾਰਾ ਚਲਾਉਂਗੇ ਦੁਬਾਰਾ ਵਲੌਗ ਤੋਂ ਬਈ ਭਜਾ ਕੇ ਦੁਬਾਰਾ ਕਰੂੰਗੇ ਇਹਨੂੰ ਹੁਣ ਦੇਖਿਆ ਡਰਾਈਵਰ ਦੁਬਾਰਾ ਚਲਾਉਂਦੇ ਆਪਾਂ ਵਲੌਗ 'ਚ ਪਾਉਂਦੇ ਹਾਂ ਦਿਲਪ੍ਰੀਤ
ਘੰਟੇ ਦਾ ਤੁਸੀਂ ਦੇਖਿਆ ਝੋਟਾ ਹੀ ਬੁੱਕਦਾ ਜਾਂਦਾ ਹੈ। ਆਹ ਰੇਂਜ ਖੜੀ ਆ ਫੋਰਚੂਨਰ, ਸਾਰੀ ਗੱਡੀਆਂ ਖੜੀਆਂ ਆ ਬਾਈ। ਮੈਂ ਤਾਂ ਉੱਧਰ ਵੀ ਗੇੜਾ ਦਵਾਇਆ ਆ ਬਾਈ ਮਿੱਤਰੋ, ਸਿਰਾ ਹੋਇਆ ਪਿਆ ਮੁੰਡੇ। ਨਾ ਰੇਸ ਦੇ ਕੇ ਰੱਖੇ, ਆਪੇ ਤੁਰੂੰਗੀ ਯਾਰ, ਉਹਨੇ ਗਾਰਾ ਵੀ ਤਾਂ ਵੱਢਣਾ ਹੈ ਤੇ ਭੱਜਦੀ ਆ ਉਹ, ਐਂ ਕਹਿੰਦੀ ਮੋਸ਼ਨ ਜਿਵੇਂ ਤੋੜ ਦਿੰਦੀ ਨਾ ਐਂ ਕਰਦੀ ਆ, ਪਰ ਚੱਲਦੀ ਆ ਯਾਰ, ਅਸੀਂ ਚਲਾਈ ਨੀ ਹੁਣ, ਅਸੀਂ ਰੋਕੀ ਕਿੱਥੇ ਆ, ਦੇਖ ਕੇ ਆਈ ਬਲ। ਆਹ ਦੇਖੋ ਬਾਈ ਮੁੰਡਾ ਚੱਕੋ ਬਾਈ ਮੁੰਡਿਓ, ਦੇ ਰਹੇ ਨੇ ਯਾਰ ਪੂਰੀਆਂ ਰੇਂਜ ਕੱਢਣ ਲੱਗੇ ਆ, ਇਹ ਕਰ ਗਈ ਸੀ ਦਿਲਪ੍ਰੀਤ ਆ ਬਾਈ ਕੱਢਣ ਰੇਂਜ। ਚੱਲ ਚੱਲ ਵਧਾਣੀ ਆ, ਵਧਾਣੀ ਚੱਕ ਨਾ ਬਹਿ ਜਾ ਉੱਪਰ, ਤੂੰ ਕਹਿੰਦਾ ਬਹਿ ਜਾ ਉੱਪਰ, ਅੱਖਾਂ ਮਿੱਟੇ ਮਿੱਟੇ ਹੋ ਧੱਕਾ ਲਾ ਦੋ ਉਹ, ਸਾਰੇ ਧੱਕਾ ਲਾ ਦੋ। ਕਿਤੇ ਇਕੱਠੀ ਜਿਹੀ ਹੋਈ ਜਾਵੇ ਉਹ ਭਈਆ, ਚੱਕ ਲਿਆ ਉਹਨਾਂ ਨੇ ਲੈ, ਚੱਕ ਲਿਆ ਉਹਨਾਂ ਨੇ ਲੈ ਭਈਆ, ਚੱਕ ਲਿਆ ਕਰ ਲੈ।
ਗੇੜੇ ਦੇ ਲੈਣ ਦੇ ਉਹਨਾਂ ਨੇ ਦੋ ਇਹ ਵੀ ਆਪਾਂ ਗੱਡੀ ਧੋਣ ਰੱਖਿਆ ਮੈਂ ਕਿਹਾ ਜਾਨੂੰ ਨਿਬੜ ਲੈਣਾ ਕੰਮ ਪਤਾ ਨੀ ਚੱਲਦੀ ਆ ਗੱਲਬਾਤ ਦੇਖੋ
ਕਿੰਨਾ ਦੇਖੋ ਬਾਈ ਆਪਾਂ ਨੇ ਸਕੋਰਪੀਓ ਕੱਢ ਲਈ ਟਰੈਕਟਰ ਨਾਲ ਟੋਜਨ ਪਾ ਕੇ ਨਿਕਲ ਗਈ ਉਹ ਬਾਹਰ ਫਸ ਗਈ ਹੁਣ ਨਿਕਲ ਗਈ ਬਾਕੀ ਗੱਡੀਆਂ ਸਾਰੀਆਂ ਰੇਂਜਾਂ ਖੜੀਆਂ ਆਪਣਾ ਝੋਟਾਂ ਡਰਾਈਵਰ ਖੜੀ ਆ ਉਹ ਨਹੀਂ ਫਸਦੀ ਹੈ ਸਾਰੀਆਂ ਫਸ ਗਈਆਂ ਬਾਕੀ ਇੱਕ ਥਾਰ ਨਹੀਂ ਫਸੀ ਇੱਕ ਡਰਾਈਵਰ ਨਹੀਂ ਫਸੀ ਬਾਕੀ ਰੇਂਜ ਵੀ ਫਸ ਗਈ ਮੁੰਡਾ ਟੋਸ਼ਨ ਭਜਨ ਕਿੰਨੇ ਉਹ ਭਜਨ ਕਿੰਨੇ ਭਾਰੀ ਬੰਦੇ ਨੇ ਦੇ ਆ ਸਾਰੀ ਹੁਣ ਟਰੈਕਟਰ ਨਾਲ ਨਿਕਲਣੀ ਹੈ ਟੋਸ਼ਨ ਪਾ ਲਿਆ ਮੁੰਡਿਆਂ ਨੇ ਚਲੋ ਜੀ ਇੱਕ ਗੱਡੀ ਹੋਰ ਬਾਹਰ ਆਪਣੀ ਸਕੋਰਪੀਓ ਵੀ ਕ੍ਰੀਟੋ ਵਿੱਚ ਫਸ ਗਈ ਐਤਰਵਾਸਾ ਬਾਰੇ ਨੇ ਵੱਡਾ ਵੱਡੀ ਤੁਸੀਂ ਬਸ ਕਹਿੰਦੀ ਜੀ ਪਿੰਨ ਪਿੱਛੇ ਸਕੋਰਪੀਓ ਦੇ ਪਿੱਛੇ ਪਿੰਨ ਪਏ ਨੇ ਪਿੱਛੇ ਟੋਸ਼ਨ ਕਾਮਯਾਬ ਨਹੀਂ ਹੋ ਰਿਹਾ ਉਹਦੇ ਪਿੰਨ ਪਾ ਕੇ ਦੇਖਦੇ ਹਾਂ ਹਜੇ ਕਹਿੰਦੀ ਹੁੱਕ ਕਰ ਲਈ ਤਿਆਰ ਆ ਆਈ ਬਾਈ ਮੁੰਡਿਓ ਆਪਾਂ ਕ੍ਰੀਟੂ ਦੇ ਉੱਤੇ ਬੈਠ ਕੇ ਬਣਾਉਂਦੇ ਹਾਂ ਉਹ ਸਟਾਰਟ ਕਰ ਲੈ ਇਹਨੂੰ ਇਹ ਰੋਕ ਲਓ ਜੀ ਪਾ ਤੇਰਾ ਲਓ ਜੀ ਕਹਿੰਦੇ ਇੱਕ ਸਾਈਡ 'ਤੇ ਕੱਢੀ ਦੂਸਰੀ ਸਾਈਡ ਪਾੜਤੀ ਚਲੋ ਜੀ ਹੁਣ ਕੱਢਣਗੇ ਕਿਤੇ ਨੂੰ ਰਾਸਤਾ ਤਾਂ ਹੈ ਨਹੀਂ ਅਰਜਨ ਬੈਲੀ ਦੇ ਪਾਇਆ ਪੱਟ ਦੇ ਮੋਰ ਮੁਟਿਆਰੇ ਉਹ ਕੱਢਦੇ ਸਟੀਅਰਿੰਗ ਪਰਾ ਕੱਢਦੇ ਬਾਈ ਕਹਿੰਦੇ ਸਲਿਪ ਕਰ ਰਹੀ ਇੱਕ ਸਾਈਡ ਤੋਂ ਲੈ ਵੀ ਹੁਣ ਚੜ ਜਾਣੀ ਹੈ ਬਸ ਜੀ ਬਸ ਨਿਕਲੀ ਨੀ ਬਣਾਤੀ
ਰੇਂਜ ਰੋਵਰ ਦਾ ਜੋੜ ਦੇਖਦੇ ਆ ਅੱਜ। ਓ ਬਾਈ ਥਾਰ ਅੱਗੇ ਕਰੀ ਵੀਰ, ਕ੍ਰੀਟੂ ਤਾਂ ਉੱਥੇ ਬੈਠ ਗਈ ਵਿਚਾਰੀ। ਓ ਬਾਈ ਦੂਆ ਲਓ ਪਾਲ। ਹੈਲੋ ਬਾਈ ਦੂਆ ਲਓ ਪਾਲੀ, ਦੂਆ ਲਓ ਵੀ ਨਾ ਕਾਮਯਾਬ ਹੈ ਜੀ। ਹਾਂਜੀ ਹੋਰ ਬਾਈ ਫੋਰ ਪਾਉਣਾ ਪੈਣਾ। ਜਾਣਦੀ ਹੈ ਕਹਿੰਦੇ ਉਹਨੂੰ ਪਿੱਛਾ ਨਾ ਕਰੀ ਕਹਿੰਦੇ ਡਰਾਈਵਰ ਦੱਸ ਦੇਣ ਵੀ ਡਰਾਈਵਰ ਦਿਖਾਉਂਦੇ ਤੁਹਾਨੂੰ 5 ਮਿੰਟ ਦੀ ਬ੍ਰੇਕ ਦੇ ਬਾਅਦ। ਕਹਿੰਦੇ ਕ੍ਰੀਟੂ ਉੱਥੇ ਸਲਿੱਪ ਨਿਕਲੇ ਹੋਏ ਨੇ, ਇਹਨੂੰ ਕੋਈ ਪਿੱਛਾ ਨਾ ਕਰੀ ਜਾਂਦਾ ਹੁਣ ਪਹਿਲੇ ਚੁੰਮੀ ਕਰ ਗਈ। ਅਸੀਂ ਟਾਇਰੇ ਘਟਾ ਦੇਣੇ ਹੁਣ, ਅਸੀਂ ਚਲਾਉਂਗੇ ਟਾਇਰਾਂ ਦੇ ਬਿਨਾਂ। ਦੇਖੀ ਜਾਂਦੀ ਹੁਣ ਕਰੇਟਾ ਨਿਕਲਦੀ ਨੀ ਦਬਗੀ ਉੱਥੇ, ਬਸ ਉਹਦਾ ਟਰੈਕਟਰ ਨਾਲ ਨਿਕਲੂਗੀ ਹੁਣ। ਜਦ ਮੈਂ ਗੱਡੀ ਵੱਜਦੀ ਅੰਡਾ ਪਰ ਸੇਮ ਆਹੀ ਕੁਛ ਕਰ ਰਹੀ ਸੀ, ਆਹੀ ਕੁਛ ਜਦ ਜਦ ਮੈਂ ਆਫ ਕਰਿਆ ਗੋਲੀ ਮੰਗ ਗਈ ਹੈ, ਹੋ ਨਹੀਂ ਰਿਹਾ ਇਹਦੇ 'ਚ ਬਟਨ ਖਰਾਬ ਹੋ ਵਾਲਾ। ਉਹ ਮੇਰੇ ਵਾਲੀ 'ਚ ਵੀ ਹੈਗਾ ਸੇਮ, ਆ ਸਾਰਾ ਕੁਛ ਹੈਗਾ, ਉਹਦੀ ਲੋੜ ਹੀ ਨਹੀਂ ਉਹ ਸਿੰਪਲ ਰੱਖਣਾ, ਪਹਿਲੇ ਟਰੈਕਸ਼ਨ ਆਫ ਕਰਨੀ ਹੈ ਬਸ। ਆਪੇ ਕਰਦੀ ਆ, ਹਾਂ ਬਟਨ ਤਾਂ ਹੀ ਹੁੰਦਾ। ਲਓ ਜੀ ਹੁਣ ਲੱਗਿਆ ਆਪਾਂ ਸਕੋਰਪੀਓ ਕੱਢਣ। ਰੇਂਜ ਰੋਵਰ ਦਾ ਮਰਾਇਆ ਹੋਇਆ ਪੂਰਾ ਜ਼ੋਰ। ਰੇਂਜ ਦਾ ਲੱਗਿਆ ਹੋਇਆ ਪੂਰਾ ਜ਼ੋਰ ਆ। ਪਿੱਛੇ ਹੁਣ ਫੋਰਚੂਨਰ ਖੜ ਗਈ, ਆਉਣ ਤੇ ਸਿੱਧੀ ਆ।
ਤਨੋਏ ਭਾਈ ਮੂਹਰੇ ਤੇ ਪਾਏ ਨੂੰ ਲੋਕ ਪਿੰਡ ਦੇ ਦੱਸਦਾ ਪਿੰਡਾਂ ਖੋਤੀਆਂ ਮੁੰਡਿਆਂ ਨੇ ਉਹ ਸਿਰੇ ਹੀ ਲੈ ਜਾ ਫਾਲੇ ਚੱਕ ਲੈ ਫਾਲੇ ਉਹ ਹੈਲੋ ਸਕਾਰਪੀਓ ਅੱਗੇ ਕਰੋ ਬਾਈ ਭੈਣ ਜੀ ਆ ਦੇਖੋ ਜੀ ਡਰਾਈਵਰ ਦੇਖ ਲਓ ਇੱਕ ਵਾਰੀ ਇਹਦਾ ਕੁਛ ਨਹੀਂ ਹੋ ਸਕਦਾ ਇਹਦੀ ਫੋਰਚੂਨਰ ਲੋਕ ਕਰਕੇ ਚਾਬੀ ਲੈ ਲਓ ਭੈਣ ਜੀ ਤੀਸਰੀ ਵਾਰ ਗਿਰੀ ਜੀ ਪਾਣੀ ਮੈਂ ਉਹ ਇਹਦੇ ਬਾਈ ਫੋਰਚੂਨਰ ਚਾਬੀ ਲੈ ਕੇ ਭੈਣ ਚੋ ਘਰਾਂ ਨੂੰ ਤੋਰੋ ਆਏ ਚੜਕੀ ਚੜਕੀ ਬਾਈ ਬੈਗ ਉਹ ਧੱਕਾ ਲਾ ਦੋ ਮੂਹਰੇ ਤੇ ਉਹ ਧੱਕਾ ਲਾ ਦੋ ਮੂਹਰੇ ਤੇ ਯਾਰ ਉਹ ਧੱਕਾ ਲਾ ਦੋ ਮਾੜਾ ਜਿਹਾ ਯਾਰ ਓ ਇੰਦਰ ਉਹ ਧੱਕਾ ਲਾ ਦੋ ਦਸ ਜਾਣੇ ਯਾਰ ਉਹ ਧੱਕਾ ਲਾ ਦੋ ਮਾੜੀ ਜਿਹੀ ਲੋੜ ਹੈ ਉਹਨੂੰ ਯਾਰ ਉਹ ਗੱਡੀ ਉਹ ਦੱਬ ਜਾਂਦੀ ਦੰਦਾ ਰੇਤ ਘੱਟ ਉਹ ਮੈਸ ਨੂੰ ਬਾੜ ਦੋ ਮੂਹਰੇ ਹੋਰ ਬਾਤ ਨਿਕਲ ਗਈ
ਨਹੀਂ ਮੈਂ ਕਹਿੰਦਾ ਸਿੱਧੀ ਨੀ ਖੜਦਾ ਸਾਰੀਆਂ ਗੱਡੀਆਂ ਕੱਢ ਲਈਆਂ ਸੀਗੀਆਂ ਕੱਦੂ ਵਿੱਚੋਂ ਹੁਣ ਜਾ ਰਹੇ ਹਾਂ ਇਕੱਠੇ ਹੋ ਕੇ ਸਾਰੇ ਪਹਿਲਾਂ ਗੱਡੀਆਂ ਧਵਾਉਣ ਫਿਰ ਮੁੰਡਾ ਛੁੱਕੂ ਮਿਲਣਾ ਤਾਂ ਹੀ ਹੁਣ ਵਿੱਚ ਵਾਲੀ ਗੱਲ ਪਈ ਤਾਂ ਨਹੀਂ ਹੈਗੀ ਮਾੜਾ ਮੋਟਾ ਲੱਗ ਜਾਂਦੇ ਮੁੰਡੇ ਛੁੱਕੂ
ਇਕਲੌਤੀ ਗੱਡੀ ਆ ਵੀ ਜਿਹੜੀ ਨਾ ਕੋਈ ਟੋਚਨ ਨਾ ਕੋਈ ਧੱਕਾ ਕੁਛ ਵੀ ਨਹੀਂ, ਜਿਹੜੀ ਆਪਣੇ ਆਪ ਕੱਦੂ ਦੇ ਵਿੱਚ ਬੜੀ ਹੈ, ਆਪਣੇ ਆਪ ਨਿਕਲੀ ਹੈ ਪੂਰੇ ਸਿਰੇ ਤੱਕ। ਬਾਕੀ ਰੇਂਜ ਰੂੰਜ ਸਾਰੀ ਗੱਡੀਆਂ ਜਿੰਨੀ ਵੀ ਆਈਆਂ ਸੀਗੀਆਂ ਧੱਕੇ ਨਾਲ ਅਤੇ ਟੋਚਨ ਨਾਲ ਨਿਕਲੀਆਂ।